ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ, ਵੀਡੀਓ ਨੂੰ ਸ਼ੇਅਰ ਕਰਿਓ ਜੀ। ਪਾਠ ਕਰਨ ਜੇ ਬੇਚੈਨੀ ਹੋਵੇ ਜਾਂ ਨੀਂਦ ਆਵੇ ਤਾਂ ਇਹ ਦੋ ਸੰਕੇਤ ਮਿਲਦੇ ਨੇ। ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ 'ਤੇ। ਸੰਗਤ ਨੇ ਬਹੁਤ ਜ਼ਿਆਦਾ ਸਵਾਲ ਕੀਤੇ ਕਿ ਭਾਈ ਸਾਹਿਬ ਜੀ, ਇਸ ਵਿਸ਼ੇ 'ਤੇ ਸਾਨੂੰ ਦੱਸੋ ਕੀ ਕਰੀਏ, ਅਜਿਹਾ ਕੀ ਕੀਤਾ ਜਾਏ। ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ। ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਵੀ ਪਾਠ ਕਰਨ ਬੈਠਦੇ ਹਾਂ, ਸੰਗਤ ਦਾ ਇਹੋ ਹੀ ਸਵਾਲ ਹੁੰਦਾ ਕਿ ਭਾਈ ਸਾਹਿਬ ਜੀ, ਜਦੋਂ ਪਾਠ ਕਰਦੇ ਹਾਂ ਤਾਂ ਬੇਚੈਨੀ ਹੋ ਜਾਂਦੀ ਆ, ਬੇਚੈਨੀ ਲੱਗਦੀ ਹੈ, ਨੀਂਦ ਆਉਂਦੀ ਹੈ, ਮਨ ਨਹੀਂ ਲੱਗਦਾ ਪਾਠ ਕਰਨ ਦੇ ਵਿੱਚ, ਇੱਦਾਂ ਹੁੰਦਾ ਵੀ ਬਸ ਵਿੱਚ ਹੀ ਛੱਡ ਦੇ, ਬੁਰੇ ਖਿਆਲ ਆਉਂਦੇ ਆ ਜੀ, ਇੰਜ ਹੁੰਦਾ, ਐਂ ਹੁੰਦਾ, ਅਤੇ ਬਹੁਤ ਜ਼ਿਆਦਾ ਮਤਲਬ ਕਿ ਸਵਾਲ ਜਵਾਬ ਹੁੰਦੇ ਨੇ ਸਾਧ ਸੰਗਤ। ਅਤੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੀ ਹੈ। ਗੁਰਮੁਖ ਪਿਆਰਿਓ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਇੱਕ ਗੱਲ ਸਾਨੂੰ ਦੱਸਦੀ ਹੈ ਪਿਆਰਿਓ। ਪਾਤਸ਼ਾਹ ਨੇ ਇੱਕੋ ਹੀ ਗੱਲ ਦੇ ਵਿੱਚ ਨਿਬੇੜਾ ਕਰ ਦਿੱਤਾ, ਪਾਤਸ਼ਾਹ ਨੇ ਇੱਕੋ ਗੱਲ ਦੇ ਵਿੱਚ ਗੱਲ ਕਹਿ ਦਿੱਤੀ। ਮੇਰੇ ਸਤਿਗੁਰੂ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਨਾਮ, ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ। ਜੇ ਤੂੰ ਨਾਮ ਨਾਮ ਜਪ ਜਪਿਆ, ਜੇ ਤੂੰ ਜਪ ਲਿਆ ਤਾਂ ਅੰਦਰ ਬਾਹਰ ਤੈਨੂੰ ਉਹਦਾ ਰੰਗ ਚੜ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਕਿਹਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਜੇ ਤੂੰ ਆਪਣੇ ਸਾਰੇ ਕੱਲ ਕਲੇਸ਼ ਮਿਟਾਉਣਾ ਚਾਹੁੰਦਾ ਤਾਂ ਯਾਦ ਰੱਖੀ ਵੀ ਤੈਨੂੰ ਸਿਮਰਨਾ ਪਏਗਾ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ ਯਾਦ ਕਰਨਾ ਪਏਗਾ, ਉਹਨੂੰ ਧਿਆਉਣਾ ਪਏਗਾ। ਸਤ ਸੰਗਤ, ਉਸ ਪਰਮਾਤਮਾ ਦੀ ਬੰਦਗੀ ਕਰਨੀ ਪਏਗੀ, ਉਸ ਅਕਾਲ ਪੁਰਖ ਨੂੰ ਧਿਆਉਣਾ ਪਏਗਾ, ਉਸ ਅਕਾਲ ਪੁਰਖ ਦੀ ਬੰਦਗੀ ਕਰਨੀ ਪਏਗੀ। ਸਤ ਸੰਗਤ, ਇਹ ਗੱਲ ਤੈਨੂੰ ਜ਼ਰੂਰ ਕਰਨੀ ਪਏਗੀ, ਤੈਨੂੰ ਮੰਨਣਾ ਪਏਗਾ। ਅਤੇ ਸਾਧ ਸੰਗਤ ਜੀਓ, ਕਹਿਣ ਤੋਂ ਭਾਵ ਵੀ ਜੇ ਸੁੱਖ ਚਾਹੀਦੇ ਨੇ, ਜੇਕਰ ਉਸ ਅਕਾਲ ਪੁਰਖ ਤੋਂ ਦਾਤਾਂ ਚਾਹੀਦੀਆਂ ਨੇ ਤਾਂ ਫਿਰ ਉਹਦੀ ਗੱਲ ਨੂੰ ਮੰਨਣਾ ਹੀ ਪੈਣਾ ਹੈ। ਉਹਨੂੰ ਧਿਆ ਕੇ ਤੈਨੂੰ ਸੁੱਖ ਮਿਲਣਗੇ, ਉਹਨੂੰ ਸਿਮਰੇਗਾ ਤੈਨੂੰ ਪਰਮਾਤਮਾ ਨੇ ਆਪਣੇ ਆਪ ਸੁੱਖ ਦੇ ਦੇਣੇ ਨੇ। ਤੂੰ ਜਦੋਂ ਉਹਨੂੰ ਧਿਆਏਗਾ, ਜਦੋਂ ਉਹਦੀ ਰਜ਼ਾ 'ਚ ਚੱਲੇਗਾ, ਤੈਨੂੰ ਸਭ ਕੁਝ ਪਰਮਾਤਮਾ ਨੇ
ਬਖਸ਼ਿਸ਼ ਕਰ ਦੇਣਾ ਹੈ। ਭਲਿਆ ਇਹਨਾਂ ਸੋਚ ਵੀ ਬੇਚੈਨੀ ਹੁੰਦੀ ਹੈ ਜਾਂ ਨੀਂਦ ਆਉਂਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਅਹਿਸਾਸ ਕਰਾ ਵੀ ਜੇ ਗੁਰੂ ਤੋਂ ਕੁਝ ਚਾਹੀਦਾ ਤਾਂ ਇਹਨਾਂ ਚੀਜ਼ਾਂ 'ਤੇ ਤੈਨੂੰ ਫਤਿਹ ਪਾਉਣੀ ਪੈਣੀ ਹੈ, ਭਾਵੇਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਪੈਣਾ। ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਤੈਂ ਖਤਮ ਕਰਨਾ ਹੈ। ਗੁਰੂ ਅੱਗੇ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਮੈਨੂੰ ਬਲ ਦਿਓ, ਇੰਨਾ ਕੁ ਬਲ ਦਿਓ ਕਿ ਮੈਂ ਇਹ ਚੀਜ਼ਾਂ ਖਤਮ ਕਰ ਦੇਵਾਂ, ਸਤਿਗੁਰੂ ਤੁਹਾਡੀ ਕਿਰਪਾ ਰਹਿਮਤ ਦੇ ਦੁਆਰਾ ਇਹ ਚੀਜ਼ਾਂ ਖਤਮ ਹੋ ਜਾਣ। ਪਾਤਸ਼ਾਹ ਕਹਿੰਦੇ ਗੁਰ ਕੈ ਬਚਨ ਧਿਆਇਓ ਮੋਹੇ ਨਾਓ, ਤੈਂ ਗੁਰੂ ਦਾ ਬਚਨ ਧਿਆਉਣਾ, ਉਹ ਤੋਂ ਮੰਗਣਾ ਕਿ ਸਤਿਗੁਰੂ ਮੈਨੂੰ ਆਪਣਾ ਨਾਮ ਦਿਓ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੂੰ ਉਹਨੂੰ ਧਿਆ, ਮਨ ਮੇਰੇ ਉਹ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਿਮਰ ਅਤੇ ਉਸ ਅਕਾਲ ਪੁਰਖ ਦੀ ਬੰਦਗੀ ਕਰ, ਮਨ ਨੂੰ ਸਮਝਾ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਉਹ ਨਿਰਮਲ ਜਿਹੜਾ ਆਪ ਨਿਰਮਲ ਹੈ ਉਹਦੇ ਨਾਲ ਜਦੋਂ ਤੂੰ ਜੁੜੇਂਗਾ, ਤੂੰ ਉਹਦੀ ਬੰਦਗੀ ਕਰੇਂਗਾ, ਉਹ ਤੂੰ ਵੀ ਨਿਰਮਲ ਹੋ ਜਾਏਗਾ, ਉਹ ਤੈਨੂੰ ਵੀ ਨਿਰਮਲ ਕਰ ਦੇਗਾ। ਉਸ ਪਰਮਾਤਮਾ ਦੇ ਵਿੱਚ ਇੰਨੀ ਵੱਡੀ ਸ਼ਕਤੀ ਹੈ, ਇੰਨੀ ਵੱਡੀ ਡਾਢੀ ਸਮਰੱਥਾ ਹੈ ਪਿਆਰਿਆ, ਯਾਦ ਰੱਖ ਉਹਨੂੰ ਧਿਆਉਣਾ ਤੇਰੇ ਫਾਇਦੇਮੰਦ ਹੈ। ਤੂੰ ਧਿਆਏਗਾ ਤਾਂ ਤੂੰ ਵੀ ਉਹਦੇ ਵਰਗਾ ਹੋਏਗਾ ਅਤੇ ਬੇਚੈਨੀ ਫੇਰ ਹਟੇਗੀ। ਜਦੋਂ ਆਪਾਂ ਨੂੰ ਪਤਾ ਹੋਵੇ ਵੀ ਕਿਸੇ ਚੀਜ਼ ਦੇ ਵਿੱਚੋਂ ਪ੍ਰੋਫਿਟ ਹੋਣਾ, ਪਤਾ ਵੀ ਕਿਸੇ ਚੀਜ਼ ਦੇ ਵਿੱਚੋਂ ਆਪਾਂ ਨੂੰ ਕੁਝ ਮਿਲਣਾ ਹੈ, ਤੇ ਸਾਧ ਸੰਗਤ ਉਸ ਵਕਤ ਪਿਆਰਿਓ ਆਪਣੇ ਮਨ ਦੇ ਵਿੱਚੋਂ ਆਲਸ ਦੂਰ ਹੋ ਜਾਂਦੀ ਹੈ। ਆਪਾਂ ਨੂੰ ਪਤਾ ਵੀ ਆਪਾਂ ਕੰਮ ਕਰ ਰਹੇ ਹਾਂ, ਆਪਾਂ ਨੂੰ ਪੈਸੇ ਮਿਲਣਗੇ, ਆਪਾਂ ਉਸ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਿੱਥੇ ਪਤਾ ਹੋਵੇ ਵੀ ਕੋਈ ਪ੍ਰੋਫਿਟ ਨਹੀਂ ਹੋਣਾ, ਉੱਥੇ ਬੇਚੈਨੀ ਵੀ ਹੁੰਦੀ ਹੈ, ਉੱਥੇ ਮਨ ਨੂੰ ਚੰਚਲਤਾਈ ਵੀ ਹੁੰਦੀ ਹੈ, ਉੱਥੇ ਹੁੰਦਾ ਵੀ ਭਾ ਚੱਲ ਕੀ ਕਰਾਂਗੇ, ਛੱਡ ਪਰੇ ਕੰਮ ਨੂੰ। ਕਹਿਣ ਤੋਂ ਭਾਵ ਜਿੱਥੇ ਕੁਝ ਆਸ ਹੋਵੇ ਕੁਛ ਮਿਲੇਗਾ। ਗੁਰੂ ਤੋਂ ਤਾਂ ਪਤਾ ਨਹੀਂ ਕਿੰਨੀਆਂ ਕੁ ਉਮੀਦਾਂ ਨੇ, ਪਤਾ ਨਹੀਂ ਕਿੰਨਾ ਕੁਝ ਸਾਨੂੰ ਗੁਰੂ ਤੋਂ ਚਾਹੀਦਾ। ਪਿਆਰਿਓ ਯਾਦ ਰੱਖਿਓ ਵੀ ਗੁਰੂ ਤੋਂ ਜੇ ਇਹ ਸਭ ਕੁਛ ਲੈਣਾ ਹੈ ਤਾਂ ਇਸ ਮਨ ਨੂੰ ਇਹ ਗੱਲ ਅਹਿਸਾਸ ਕਰਾ ਦਿਓ ਕਿ ਬੇਚੈਨੀ ਕਰਕੇ ਕੀ ਕਰੇਗਾ, ਤੂੰ ਆਪਣੇ ਆਪ ਦੇ ਵਿੱਚ ਆਲਸ ਕਰਕੇ ਕੀ ਕਰੇਗਾ, ਅਤੇ ਯਾਦ ਰੱਖ ਜੇ ਕੁਛ ਚਾਹੀਦਾ ਤਾਂ ਫਿਰ ਇਹ ਚੀਜ਼ਾਂ ਤੈਨੂੰ ਤਿਆਗਣੀਆਂ ਪੈਣਗੀਆਂ, ਛੱਡਣੀਆਂ ਪੈਣਗੀਆਂ। ਸਾਧ ਸੰਗਤ ਸਤਿਗੁਰੂ ਨੇ ਇੱਥੋਂ ਤੱਕ ਕਹਿ ਦਿੱਤਾ, ਸਤਿਗੁਰ ਨੇ ਇਹ ਕਿਹਾ ਕਿ ਭਲਿਆ ਇਹ ਮਨ ਦੀ ਸਥਿਤੀ ਕਿਹੋ ਜਿਹੀ ਹੈ, ਇਹ ਮਨ ਦੀ ਜਿਹੜੀ ਸਥਿਤੀ ਹੈ ਨਾ ਇਹੋ ਜਿਹੀ ਹੈ। ਸਾਧ ਸੰਗਤ ਇਹ ਜਿਹੜਾ ਮਨ ਹੈ ਨਾ, ਗੁਰੂ ਕੋਲ ਜਾਣ ਵੇਲੇ ਆਲਸ ਕਰਦਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪਹਿ ਪਹਿ ਸੋਇਆ, ਇਹ ਤਾਂ ਇਹੋ ਜਿਹਾ ਹੈ, ਨਾਮ ਦੇ ਵੇਲੇ ਸੌਂ ਜਾਂਦਾ ਅਤੇ ਨਾਮ ਦੇ ਵੇਲੇ ਜਿਹੜੀ ਹੈ ਇਹ ਆਲਸ ਕਰਦਾ ਅਤੇ ਬੁਰੇ ਕੰਮ ਵਾਸਤੇ ਇਹ ਭੱਜ ਕੇ ਮੂਹਰੇ ਮੂਹਰੇ ਜਾਂਦਾ ਹੈ। ਬੁਰਿਆਈ ਹੋਏ ਸ਼ੇਰ, ਪਾਤਸ਼ਾਹ ਕਹਿੰਦੇ ਨੇ ਇਹ ਬੁਰਿਆਈ ਨੂੰ ਤਾਂ ਸ਼ੇਰ ਹੋ ਜਾਂਦਾ, ਚੰਗਿਆਈ ਨੂੰ ਇਹ ਆਲਸ ਕਰ ਜਾਂਦਾ, ਇਹ ਇਹਦੀ ਫਿਤਰਤ ਹੈ। ਸਾਧ ਸੰਗਤ ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਤੈਂ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਆਪ ਦੀ ਰੱਖਿਆ ਪਈ ਕਰਨੀ ਹੈ, ਅਤੇ ਯਾਦ ਰੱਖੀ ਜੇ ਤੂੰ ਆਪਣੇ ਆਪ ਦੀ ਰੱਖਿਆ ਕਰੇਗਾ ਨਾ
ਤਾਂ ਗੱਲ ਬਣਨੀ ਹੈ। ਤੂੰ ਆਪਣੇ ਆਪ ਲਈ ਗੁਰੂ ਤੋਂ ਨਾਮ ਦਾਨ ਮੰਗ। ਪਾਠ ਕਰਨ ਵੇਲੇ ਜੇ ਬੇਚੈਨੀ ਆਉਂਦੀ ਹੈ, ਨੀਂਦ ਆਉਂਦੀ ਹੈ, ਉਬਾਸੀਆਂ ਆਉਂਦੀਆਂ ਨੇ, ਤੇ ਯਾਦ ਰੱਖੀ ਵੀ ਮਨ ਜੁੜਨ ਦੀ ਕਗਾਰ ਤੇ ਹੈ। ਮਨ ਦੇ ਵਿੱਚੋਂ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ, ਇਹ ਚੀਜ਼ਾਂ ਤੇਰੇ 'ਤੇ ਦਬਾਅ ਪਾ ਕੇ ਤੈਨੂੰ ਪਾਠ ਕਰਨ ਤੋਂ ਰੋਕ ਰਹੀਆਂ ਨੇ, ਤੈਨੂੰ ਗੁਰੂ ਨੇੜੇ ਜਾਣ ਤੋਂ ਰੋਕ ਰਹੀਆਂ ਨੇ, ਇਹਨਾਂ ਦੇ ਝਾਂਸੇ ਵਿੱਚ ਨਾ ਆਈ। ਅਤੇ ਇਹ ਗੱਲ ਬਿਲਕੁਲ ਜਿਹੜੀ ਹੈ ਤੂੰ ਬਿਲਕੁਲ ਨਾ ਛੱਡੀ ਕਿ ਮੈਂ ਪਾਠ ਕਰਾਂ ਅਤੇ ਮੈਂ ਪਾਠ ਨਾ ਕਰਾਂ, ਮੈਂ ਬੇਚੈਨੀ ਦੇ ਵੱਸ ਹੋ ਗਿਆ। ਤੂੰ ਇਹ ਗੱਲ ਸੋਚੀ ਕਿ ਮੈਂ ਸਤਿਗੁਰ ਸੱਚੇ ਪਾਤਸ਼ਾਹ ਦੇ ਨੇੜੇ ਵੱਧ ਰਿਹਾ ਤਾਂ ਇਹ ਚੀਜ਼ਾਂ ਮੇਰੇ 'ਤੇ ਹਾਵੀ ਹੋਣ ਦੀਆਂ ਕੋਸ਼ਿਸ਼ ਕਰ ਰਹੀਆਂ ਨੇ, ਤਾਂ ਇਹਨਾਂ ਨੂੰ ਹਾਵੀ ਨਾ ਹੋਣ ਦੇਈਂ। ਇਹ ਗੱਲ ਸਮਝਾ ਕੇ ਰੱਖੀ ਮਨ ਨੂੰ। ਵਾਹਿਗੁਰੂ ਜੀ ਕਾ ਖਾਲਸਾ।